ਇਨਫਰਟਿਲਿਟੀ ਟ੍ਰੀਟਮੈਂਟ ਇੱਕ ਐਸਾ ਸਵਾਲ ਹੈ ਇੱਕ ਐਸਾ ਸਿਚੁਏਸ਼ਨ ਹੈ ਜਿਹਦੇ ਵਿੱਚ ਕੋਈ ਵੀ ਕਪਲ ਬੇਸ਼ੱਕ ਉਹ ਇੰਡੀਆ ਤੋਂ ਹੈ ਜਾਂ ਇੰਟਰਨੈਸ਼ਨਲੀ ਹੈ ਉਹਨਾਂ ਦਾ ਸਭ ਤੋਂ ਪਹਿਲਾ ਕੁਐਸਚਨ ਇਹ ਹੁੰਦਾ ਕਿ ਇਹਦੀ ਕਾਸਟ ਕੀ ਹੈ ਔਰ ਇਹਦੇ ਉੱਪਰ ਟਾਈਮ ਕਿੰਨਾ ਲੱਗੇਗਾ ਬਹੁਤ ਅਹਿਮ ਕੁਐਸਚਨ ਹੈ ਕਿਉਂਕਿ ਜੋ ਪੈਸਿਆਂ ਦਾ ਅਰੇਂਜਮੈਂਟ ਹੈ ਜਾਂ ਜੋ ਕਾਸਟ ਹੈ ਅਗਰ ਕਿਸੇ ਕਪਲ ਨੂੰ ਇਹਦੇ ਬਾਰੇ ਬਹੁਤ ਕਲੀਅਰਲੀ ਨਹੀਂ ਸਮਝਾ ਸਕਿਆ ਜਾਂਦਾ ਜਾਂ ਨਹੀਂ ਦੱਸਿਆ ਜਾਂਦਾ ਐਸੇ ਕਪਲਸ ਕਈ ਵਾਰੀ ਮਿਸਗਾਈਡ ਵੀ ਹੋ ਜਾਂਦੇ ਆ ਮਿਸਲੀਡ ਵੀ ਹੋ ਜਾਂਦੇ ਆ infertility ਦਾ treatment patient ਨੇ ਕਿਉਂਕਿ ਆਪਣਾ ਇੱਕ budget plan ਕੀਤਾ ਹੁੰਦਾ patient ਨੇ ਆਪਣੇ ਪੈਸੇ ਨੂੰ arrange ਕਰਨਾ ਹੁੰਦਾ ਸੋ ਵਰਦਾਨ ਹਸਪੀਟਲ ਦੇ ਵਿੱਚ ਸਭ ਤੋਂ ਪਹਿਲਾਂ ਕੋਈ ਵੀ couple ਜਿਸ ਦਿਨ ਪਹਿਲੇ ਦਿਨ ਆਂਦਾ ਹੈ ਉਹਨਾਂ ਦੀਆਂ ਸਾਰੀਆਂ reports ਦੇਖਣ ਤੋਂ ਬਾਅਦ ਬੇਸ਼ੱਕ ਉਹਨਾਂ ਨੇ ਆਪਣਾ ਕੋਈ treatment ਪਹਿਲਾਂ ਕਰਵਾਇਆ ਹੁੰਦਾ ਜਾਂ ਨਹੀਂ ਕਰਵਾਇਆ ਹੁੰਦਾ ਕੁਝ basic investigations ਕੀਤੀਆਂ ਜਾਂਦੀਆਂ ਕੁਝ basic test ਕੀਤੇ ਜਾਂਦੇ ਆ ਜਿਹਦੇ ਵਿੱਚ ਸਾਨੂੰ ਇਹ ਬਹੁਤ clear ਪਤਾ ਲੱਗ ਜਾਂਦਾ ਕਿ ਇਹਦੇ ਵਿੱਚ मेल ਦੇ ਵਿੱਚ ਕੋਈ ਕਮੀ ਹੈ ਜਾਂ ਫੀਮੇਲ ਦੇ ਵਿੱਚ ਕਮੀ ਹੈ ਜਾਂ ਦੋਨਾਂ ਦੀ ਕਮੀ ਕਰਕੇ ਇਸ ਕਪਲ ਨੂੰ ਪ੍ਰੈਗਨancies ਨਹੀਂ ਹੋ پا ਰਹੀ ਔਰ ਅਗਰ ਅਸੀਂ ਆਈਵੀਐਫ ਕਰੀਏ ਤੇ ਇਹਨਾਂ ਦੀ ਕਿੰਨੀ ਕੁ ਕੋਸਟ ਇਨਵੋਲਡ ਹੋਏਗੀ ਆਈਵੀਐਫ ਕੰਪਲੀਟ ਕਰਨ ਦੇ ਵਿੱਚ ਨਾਰਮਲੀ ਕੁਝ ਐਸੇ ਕਲਿਨਿਕਸ ਵੀ ਹੈ ਕੁਝ ਐਸੇ ਹਸਪੀਟਲਸ ਵੀ ਹੈ ਹਰੇਕ ਦਾ ਆਪਣਾ ਇੱਕ ਨਜ਼ਰੀਆ ਆਈਵੀਐਫ ਕਰਨ ਲਈ ਬਟ ਸਭ ਤੋਂ ਵੱਡੀ ਅਗਰ ਕੋਈ ਚੀਜ਼ ਸਕਸੈਸਫੁਲ ਹੋਨਵਲ ਸਾਡੀ ਮਦਦ ਕਰਦੀ ਹੈ ਉਹ ਹੈਗੀ ਹੈ ਕਾਸਟ ਆਫ ਡਰੱਗਸ ਐਂਡ ਕੁਆਲਿਟੀ ਆਫ ਡਰੱਗਸ ਅਗਰ ਕੁਆਲਿਟੀ ਆਫ ਡਰੱਗਸ ਅੱਛੇ ਨਹੀਂ ਹੈ ਤੇ ਦਾ ਮਤਲਬ ਡੈਫੀਨੇਟਲੀ ਕਿਤੇ ਨਾ ਕਿਤੇ ਰਿਜ਼ਲਟ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਕੰਪਰੋਮਾਈਜ਼ ਹੋਏਗਾ ਮੀਨਸ ਪ੍ਰੈਗਨੈਂਸੀ ਰੇਟ ਜਿਹੜਾ ਉਹ ਘਟੇਗਾ ਕਈ ਵਾਰੀ ਕੁਝ ਥੋੜੇ ਪੈਸੇ ਬਚਾਨ ਲਈ ਕੁਝ ਕਲੀਨਿਕ ਜਾਂ ਕੁਝ ਐਸੇ ਹਸਪੀਟਲਸ ਹੈਗੇ ਜਿਹਦੇ ਵਿੱਚ ਕੀ ਉਹ ਜਿਹਨੂੰ ਕਹਿੰਦੇ ਹੈ ਕਿ ਸਬ ਸਟੈਂਡਰਡ ਕਈ ਵਾਰੀ ਡਰੱਗਸ ਯੂਜ਼ ਕਰਦੇ ਹੈ ਔਰ ਉਸ ਤੋਂ ਬਾਅਦ ਪੇਸ਼ੈਂਟ ਨੂੰ ਉਹਦਾ ਰਿਜ਼ਲਟ ਜਿਹੜਾ ਹੈ ਕੁਝ ਵੀ ਨਹੀਂ ਮਿਲਦਾ ਸੋ ਸਭ ਤੋਂ ਪਹਿਲਾਂ ਪੇਸ਼ੈਂਟ ਨੂੰ ਇਹ ਕਲੀਅਰ ਹੋ ਜਾਣਾ ਚਾਹੀਦਾ ਕਿ ਜਿਹੜੇ ਡਰੱਗਸ ਡਾਕਟਰਸ ਨੇ ਯੂਜ਼ ਕਰਨੇ ਆ ਕਿਆ ਉਹ ਇੰਟਰਨੈਸ਼ਨਲੀ ਯੂਜ਼ ਹੋਣ ਵਾਲੇ ਡਰੱਗਸ ਆ ਕਿਆ ਉਹਨਾਂ ਨੂੰ ਵਰਲਡ ਲੈਵਲ ਤੇ ਯੂਜ਼ ਕੀਤਾ ਜਾਂਦਾ ਵਰਦਾਨ ਹਸਪੀਟਲ ਪਿਛਲੇ ਆਲਮੋਸਟ 22 ਸਾਲਾਂ ਤੋਂ ਐਸੇ ਹੀ ਪ੍ਰੋਡਕਟਸ ਐਸੇ ਹੀ ਡਰੱਗਸ ਨੂੰ ਯੂਜ਼ ਕਰਦਾ ਆ ਜਿਹੜੇ ਕਿ ਇੰਟਰਨੈਸ਼ਨਲੀ ਤੁਸੀਂ ਵਰਲਡ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਜਾ ਕੇ ਉਹਨਾਂ ਡਰੱਗਸ ਬਾਰੇ ਗੱਲ ਕਰੋਗੇ ਤੇ ਵਰਲਡ ਦੇ ਵਿੱਚ ਮੈਕਸਿਮਮ ਸੈਂਟਰਸ ਜਿਹੜੇ ਹੈਗੇ ਆ ਉਹਨਾਂ ਮੈਡੀਸਿਨਸ ਨੂੰ ਉਹਨਾਂ ਡਰੱਗਸ ਨੂੰ ਯੂਜ਼ ਕਰਦੇ ਹੋਏ ਕੀ ਆਈਵੀਐਫ ਕਰਦੇ ਆਂ ਔਰ ਉਹ ਡਰੱਗਸ ਜਿਹੜੇ ਹੈਗੇ ਆ ਦੇ ਆਰ ਸਟੈਂਡਰਡ ਡਰੱਗਸ ਮਤਲਬ ਕਿ ਵਰਲਡ ਦੇ ਵਿੱਚ ਉਹਨਾਂ ਨੂੰ ਬੈਸਟ ਡਰੱਗਸ ਮੰਨਿਆ ਜਾਂਦਾ ਬੈਸਟ ਮੈਡੀਸਿਨਸ ਮੰਨਿਆ ਜਾਂਦਾ ਜਿਹਦੇ ਨਾਲ ਪ੍ਰੈਗਨੈਂਸੀ ਰੇਟ ਹੋਣ ਦਾ ਚਾਂਸ ਜਿਹੜਾ ਹੈਗਾ ਇੱਕ ਤਾਂ ਬਹੁਤ ਵੱਧ ਜਾਂਦਾ ਡੈਫੀਨਿਟਲੀ ਪੇਸ਼ੈਂਟ ਦੀ ਕਾਸਟ ਥੋੜੀ ਜੀ ਜ਼ਿਆਦਾ ਹੁੰਦੀ ਹੈ ਮੈਡੀਸਿਨ ਤੇ ਪਰ ਇੰਨੀ ਜ਼ਿਆਦਾ ਵੀ ਨਹੀਂ ਹੁੰਦੀ ਕਿ ਕਪਲ ਨੂੰ ਮਤਲਬ ਕਿ ਡਬਲ ਪੈਸੇ ਖਰਚਣੇ ਪੈ ਜਾਣ ਜਾਂ ਕਪਲ ਜਿਹੜਾ ਉਹ ਇੰਨੇ ਪੈਸੇ ਖਰਚੇਗੀ ਉਹ ਜਿਹੜੇ ਉਹਨਾਂ ਨੂੰ ਕੀ ਮਤਲਬ ਹੈ ਉਹ ਉਹਨਾਂ ਦੇ ਬਜਟ ਦੇ ਵਿੱਚ ਨਾ ਹੋਏ ਜਾਂ ਉਹਨਾਂ ਦੀ ਪਾਕਟ ਉਹਨੂੰ ਅਲਾਉ ਨਾ ਕਰਦੀ ਹੋਵੇ ਵਰਦਾਨ ਹਸਪੀਟਲ ਦੇ ਵਿੱਚ ਬਹੁਤ ਕਲੈਰਿਟੀ ਦੇ ਨਾਲ ਡੇ 1 ਤੇ ਪੇਸ਼ੈਂਟ ਨੂੰ ਕੋਸਟ ਸਭ ਤੋਂ ਪਹਿਲਾਂ ਸਮਝਾਈ ਜਾਂਦੀ ਹੈ ਇੱਕ ਵਾਰੀ ਕੋਸਟ ਦੱਸਤੀ ਜਾਂਦੀ ਹੈ ਉਸ ਤੋਂ ਬਾਅਦ ਇਹ ਬਹੁਤ ਕਲੀਅਰ ਹੋ ਜਾਂਦਾ ਹੈ ਕਿ ਕਿਸ ਲਾਈਨ ਆਫ ਟਰੀਟਮੈਂਟ ਕਿਸ ਡਰੱਗਸ ਦੇ ਨਾਲ ਉਸ ਕੱਪਲ ਨੂੰ ਟਰੀਟ ਕੀਤਾ ਜਾਏਗਾ ਉਹਦੇ ਵਿੱਚ ਉਹਨਾਂ ਦੀ ਕੋਸਟ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਵੇਰੀਐਂਸ ਨਹੀਂ ਹੈ ਕਿਸੇ ਤਰੀਕੇ ਦਾ ਕੋਈ ਹਿਡਨ ਖਰਚਾ ਨਹੀਂ ਹੈ ਕੀ ਦੱਸਿਆ ਕੁਝ ਔਰ ਕੀਤਾ ਕੁਝ ਔਰ ਹੋਇਆ ਕੁਝ ਐਸਾ ਵਾਲਾ ਕੁਝ ਨਹੀਂ ਹੈ ਵਰਦਾਨ ਹਸਪੀਟਲ ਦੇ ਵਿੱਚ ਡੇ 1 ਤੇ ਹਰ ਚੀਜ਼ ਇਨ ਰਾਈਟਿੰਗ ਪੇਸ਼ੈਂਟ ਨੂੰ ਦਿੱਤੀ ਜਾਂਦੀ ਹੈ ਕਪਲ ਨੂੰ ਅੱਛੇ ਤਰੀਕੇ ਨਾਲ ਸਮਝਾਤਾ ਜਾਂਦਾ ਹੈ ਪੇਸ਼ੈਂਟ ਕੋਲ ਅਗਰ ਪੈਸੇ ਨਹੀਂ ਹੈ ਉਹਨਾਂ ਨੂੰ ਕਹਿਤਾ ਜਾਂਦਾ ਹੈ ਕਿ ਆਰਾਮ ਨਾਲ ਆਪਣੇ 1-2 ਮਹੀਨੇ ਲੈ ਕੇ ਆਪਣਾ ਬਜਟ ਪਹਿਲਾਂ ਪੂਰਾ ਕਲੀਅਰ ਕਰੋ ਆਪਣਾ ਬਜਟ ਪਲਾਨ ਕਰੋ ਇੱਕ ਵਾਰੀ ਤੁਹਾਡਾ ਬਜਟ ਪਲਾਨ ਹੋ ਜਾਏਗਾ ਡੈਫੀਨਿਟਲੀ ਵਰਦਾਨ ਹਸਪੀਟਲ ਤੁਹਾਡੀ ਹੈਲਪ ਕਰੇਗਾ ਤਾਂ ਕਿ ਅਸੀਂ ਇੱਕ ਸਕਸੈਸਫੁਲ ਟਰੀਟਮੈਂਟ ਕਰਕੇ ਤੁਹਾਡੇ ਘਰ ਖੁਸ਼ੀਆਂ ਲਿਆ ਸਕੀਏ ਤੁਹਾਡੇ ਘਰ ਗਿਲਕਾਲੀਆਂ ਲਿਆ ਸਕੀਏ